ਬੀਜੀਐਮਸੀ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਮੈਂ ਤਾਂ ਜਸ਼ਨਦੀਪ ਸਿੰਘ ਤੁਹਾਡਾ ਨਿੱਘੇ ਦਿਲੋਂ ਸਵਾਗਤ ਕਰਦਾ ਹਾਂ। ਅੱਜ ਅਸੀਂ ਆਪਣੇ ਸ਼ੋਅ ਵਿੱਚ ਅਜਿਹੇ ਸ਼ਖਸ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਨੇ ਬਾਕਸਿੰਗ ਨੂੰ ਦੁਨੀਆ ਵਿੱਚ ਹੌਲੀ ਹੌਲੀ ਆਪਣੀਆਂ ਬੁਲੰਦੀਆਂ ਨੂੰ ਛੂੰਦੇ ਜਾ ਰਹੇ ਨੇ। ਅੱਜ ਉਹਨਾਂ ਦੇ ਜੀਵਨ ਬਾਰੇ ਹੋਣਗੀਆਂ ਗੱਲਾਂ ਬਾਤਾਂ। ਆਓ ਤੁਹਾਨੂੰ ਮਿਲਾਉਂਦੇ ਹਾਂ ਗੁਰਦੀਪ ਜੀ ਨੂੰ। ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਬੀਜੀਐਮਸੀ ਵਿੱਚ ਤੁਹਾਡਾ ਸਵਾਗਤ ਹੈ ਜੀ। ਹਾਂ, ਸ਼ੁਰੂਆਤ ਕਰੀਏ ਤੁਹਾਡੇ ਪਰਿਵਾਰ ਵੱਲੋਂ, ਸ਼ੁਰੂਆਤ ਕਰਦੇ ਹਾਂ। ਕੌਣ ਕੌਣ ਹੈ ਬਾਈ ਤੁਹਾਡੇ ਪਰਿਵਾਰ 'ਚ? ਸਭ ਨਾਲੋਂ ਪਹਿਲੇ ਨੰਬਰ 'ਤੇ ਆਉਂਦੇ ਨੇ ਆਪਣੇ ਪਰਿਵਾਰ 'ਚ ਦਾਦਾ ਜੀ ਆਪਣੇ, ਠੀਕ ਹੈ, ਅਤੇ ਫਾਦਰ ਸਾਹਿਬ, ਮਦਰ, ਅਤੇ ਇੱਕ ਆਪਣੀ ਸਿਸਟਰ ਜੀ। ਠੀਕ ਹੈ। ਅਤੇ ਬਾਈ, ਜਿਹੜੀ ਤੁਹਾਡੀ ਗੇਮ ਬੋਕਸਿੰਗ ਹੈ ਨਾ, ਤੁਹਾਨੂੰ ਪਰਿਵਾਰ 'ਚ ਕਿਹਨੇ ਹੱਲਾਸ਼ੇਰੀ ਦਿੱਤੀ ਇਸ ਲਾਈਨ ਦੇ ਵਿੱਚ? ਉਹਨਾਂ ਪਹਿਲਾਂ ਜੀ ਮੈਂ ਕਰਦਾ ਸੀ ਕ੍ਰਿਕਟ, ਅਤੇ ਉਸ ਤੋਂ ਬਾਅਦ ਮੇਰਾ ਇੱਕ ਫਰੈਂਡ ਸੀਗਾ ਅਤੇ ਉਹ ਮੈਨੂੰ ਕਹਿੰਦਾ ਸੀ, ਅਤੇ ਕ੍ਰਿਕਟ 'ਚ ਮੈਂ ਕੋਈ ਇੰਨਾ ਮਤਲਬ ਪ੍ਰਾਪਤ ਵੀ ਨਹੀਂ ਕਰ ਸਕਿਆ। ਠੀਕ ਹੈ ਜੀ। ਮੈਂ ਜੂਨ ਤੱਕ ਹੀ ਰਿਹਾ ਅਤੇ ਉਸ ਤੋਂ ਬਾਅਦ ਮੇਰਾ ਇੱਕ ਦੋਸਤ ਸੀ, ਉਹ ਵਧੀਆ ਖੇਡਿਆ ਹੋਇਆ ਸੀ ਅਤੇ ਉਹਨੇ ਮੈਨੂੰ ਹੱਲਾਸ਼ੇਰੀ ਦਿੱਤੀ ਵੀ ਤੂੰ ਬੋਕਸਿੰਗ ਕਰ। ਹੱਲਾਸ਼ੇਰੀ? ਹਾਂਜੀ। ਅਤੇ ਬਾਈ, ਆਪਾਂ ਗੇਮ ਦੀ ਗੱਲ ਕਰੀਏ ਤਾਂ ਤੁਸੀਂ ਕਿਹੜੇ ਵਰਗ ਤੋਂ ਸ਼ੁਰੂਆਤ ਕੀਤੀ, ਕਿਹੜੇ ਵਰਗ 'ਚ ਖੇਡਦੇ ਹੋ? ਮੈਂ ਜੀ ਸਭ ਨੂੰ ਪਹਿਲਾਂ ਖੇਡਿਆ ਸੀ ਜਦੋਂ ਮੈਂ 9th 'ਚ ਸੀ, ਅਤੇ ਮੈਂ 57 ਤੋਂ 60 ਕਿਲੋ ਵਰਗ 'ਚ ਖੇਡਿਆ ਜੀ। ਠੀਕ ਹੈ। ਅਤੇ ਉਸ ਤੋਂ ਬਾਅਦ 60 ਤੋਂ 63, ਫਿਰ 66 ਤੋਂ 69, ਅਤੇ ਹੁਣ 70-75 ਦੇ ਵਿੱਚ ਖੇਡ ਰਹੇ ਜੀ। ਜੇ ਆਪਾਂ ਗੇਮ ਦੀ ਗੱਲ ਕਰੀਏ, ਬਹੁਤ ਜ਼ੋਰ ਜਜ਼ਬੇ ਵਾਲੀ ਗੇਮ ਹੈ ਅਤੇ ਇਹਦੇ ਵਿੱਚ ਡਾਇਟ ਦੀ ਬਹੁਤ ਜ਼ਰੂਰਤ ਪੈਂਦੀ ਹੈ ਨਾ, ਅਤੇ ਤੁਹਾਡੇ ਦਿਨ ਦੇ ਵਿੱਚ ਕਿੰਨੀ ਕੁ ਡਾਇਟ ਲੈਂਦੇ? ਇੰਨੀ ਮਤਲਬ ਕੋਈ ਖਾਸ ਨਹੀਂ ਡਾਇਟ, ਜਿਵੇਂ ਸਵੇਰੇ ਹੁੰਦਾ ਵੀ ਜੋ ਵੀ ਮਿਲਦਾ ਖਾ ਲਈਦਾ, ਅਤੇ ਸਵੇਰੇ ਊਂ ਛੋਲੇ ਹੋ ਗਏ, ਬਦਾਮ ਹੋ ਗਏ, ਠੀਕ ਹੈ, ਅਤੇ ਉਹ ਭਿਓ ਕੇ ਜਿਵੇਂ ਕਹਿੰਦੇ ਨੇ ਊਂ ਖਾ ਲਈਦਾ, ਅਤੇ ਪ੍ਰੋਟੀਨ ਵਗੈਰਾ, ਪ੍ਰੋਟੀਨ ਸ਼ੇਕ, ਪ੍ਰੋਟੀਨ ਉਹੀ ਚੱਲਦੇ ਬਸ। ਜਿਵੇਂ ਆਪਾਂ ਕਬੱਡੀ ਪਲੇਅਰ ਕਹਿ ਦਿੰਦੇ ਹਾਂ ਨਾ, ਅਤੇ ਭਲਵਾਨ ਕਹਿ ਦਿੰਦੇ, ਉਹਨਾਂ ਦੀ ਸ਼ੁਰੂਆਤ ਟੀਮ ਦੀ ਸ਼ੁਰੂਆਤ ਬਹੁਤ ਜ਼ੋਰ ਜਜ਼ਬੇ ਨਾਲ ਹੁੰਦੀ ਆ, ਬਹੁਤ ਡੰਡ ਬੈਠਾ ਕਹਿੰਦੇ ਜਿੰਮ ਵਗੈਰਾ, ਤੁਹਾਡੇ ਦਿਨ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੁੰਦੀ? ਮੈਨੂੰ ਇਸ ਸਮੇਂ ਪਹਿਲਾਂ 4:30 ਉੱਠਣਾ ਪੈਂਦਾ ਜੀ। ਠੀਕ ਹੈ। ਅਤੇ ਉਸ ਤੋਂ ਬਾਅਦ ਰੈਡੀ ਹੋ ਕੇ 5 ਗਰਾਊਂਡ ਪਹੁੰਚਣਾ ਹੁੰਦਾ ਜੀ, ਕਿਉਂਕਿ ਕੋਚ ਸਾਹਿਬ ਨੇ ਸਾਡਾ ਟਾਈਮ ਰੱਖਿਆ ਹੁੰਦਾ ਵੀ 9 ਤੱਕ ਹੋਣਾ। ਠੀਕ ਹੈ। ਜੇ ਲੇਟ ਆਈਏ ਫਿਰ ਸਾਡੇ ਕੁੱਟ ਪੈਂਦੀ ਜੀ, ਅਤੇ ਪਹਿਲਾਂ ਆਉਣਾ ਪੈਂਦਾ, ਅਤੇ ਫਿਰ ਬਸ ਸਵੇਰੇ 5 ਮਤਲਬ ਪ੍ਰੈਕਟਿਸ ਸਾਡੀ ਸਟਾਰਟ ਹੋ ਜਾਂਦੀ ਹੈ। ਅੱਛਾ ਬਾਈ, ਜੇ ਆਪਾਂ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਹੁਣ ਤੱਕ ਕਿਹੜੀਆਂ ਜ਼ਿਕਰ ਯੋਗ ਪ੍ਰਾਪਤੀਆਂ ਕਰ ਚੁੱਕੇ ਹੋ? ਫਿਰ ਹੁਣ ਤੱਕ ਮੈਂ 2 ਨੈਸ਼ਨਲ ਆਇਆ, ਅਤੇ ਸਟੇਟ ਵਿੱਚ 2 ਗੋਲਡ ਆ, ਅਤੇ 3 ਉਹ ਮੇਰਾ ਬਰੌਂਜ ਮੈਡਲ ਆ, ਅਤੇ 1 ਸਿਲਵਰ, ਅਤੇ ਇੰਟਰ ਕਾਲਜ ਪਿਛਲੇ ਸਾਲ ਖੇਡਿਆ ਸੀ ਅਤੇ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਸੀ, ਅਤੇ ਇੰਟਰ ਯੂਨੀਵਰਸਿਟੀ ਗਿਆ ਸੀ ਉੱਥੇ ਕੈਂਪ 'ਚ ਮੇਰੇ ਸੈੱਟ ਲੱਗ ਗਏ, ਤਾਂ ਕਰਕੇ ਮੈਂ ਇੰਟਰ ਯੂਨੀਵਰਸਿਟੀ ਖੇਡ ਨਹੀਂ ਪਾਇਆ। ਅੱਛਾ ਬਾਈ, ਜੇ ਆਪਾਂ ਕਾਲਜ ਦੀ ਗੱਲ ਕਰੀਏ, ਉਹ ਤਾਂ ਤੁਹਾਨੂੰ ਕਾਲਜ 'ਚੋਂ ਕੀ ਸਹੂਲਤਾਂ ਪੁੱਛਣ? ਜਦੋਂ ਸਕੂਲ ਟਾਈਮ ਸੀ ਉਦੋਂ ਮਤਲਬ ਗੇਮ ਬਾਰੇ ਸਿਰਫ ਇੱਕ ਅਵੇਅਰਨੈਸ ਸੀ। ਠੀਕ ਹੈ ਜੀ। ਅਤੇ ਜਦੋਂ ਕਾਲਜ 'ਚ ਆਇਆ ਉਹਦੇ ਵਿੱਚ ਮਤਲਬ ਵੀ ਐਂ ਲੱਗ ਗਿਆ ਵੀ ਪਤਾ ਲੱਗਿਆ ਵੀ ਅੱਗੇ ਕਿਵੇਂ ਪਤਾ ਨਾ, ਅਤੇ ਕਾਲਜ ਵਾਲੇ ਜਿਵੇਂ ਹੁਣ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਹੁੰਦਾ ਅਤੇ ਮੈਨੂੰ ਪੂਰੀ ਸਪੋਰਟ ਕਰਦੇ ਨੇ, ਅਤੇ ਮੈਨੂੰ ਡਾਇਟ ਵਗੈਰਾ ਵੀ ਜੋ ਵੀ ਹੁੰਦਾ ਮਤਲਬ ਜੋ ਬਣਦਾ ਉਹ ਜੋ ਚਾਹੀਦਾ ਸਪੋਰਟ, ਹਾਂ ਜੀ ਉਹ ਕਰਦੇ ਨੇ ਜੀ। ਅਤੇ ਆਪਾਂ ਹੁਣ ਨੌਜਵਾਨ ਦੀ ਗੱਲ ਕਰੀਏ, ਪੀੜ੍ਹੀ ਦੀ, ਅੱਜ ਦੇ ਸਮੇਂ 'ਚ ਕਿਉਂ ਟੁੱਟਦੀ ਜਾ ਰਹੀ ਹੈ ਖੇਡ ਵਰਗ? ਦੇਖੋ ਜੀ, ਅੱਜ ਕੱਲ੍ਹ ਤਾਂ ਮਤਲਬ ਹਰੇਕ ਮਾਂ ਬਾਪ ਨੂੰ ਇਹ ਵੀ ਉਹਨਾਂ ਦਾ ਬੱਚਾ ਡਾਕਟਰ ਬਣੇ, ਇੰਜੀਨੀਅਰ ਬਣੇ, ਅਤੇ ਕੋਈ ਮਤਲਬ ਫਾਦਰ ਜਾਂ ਮਦਰ ਕੋਈ ਇਹ ਨਹੀਂ ਚਾਹੁੰਦਾ ਵੀ ਮੇਰਾ ਬੇਟਾ ਵੀ ਸਪੋਰਟਸਮੈਨ ਬਣੇ। ਠੀਕ ਹੈ। ਅਤੇ ਬਾਕੀ ਲੋਕ ਅੱਜ ਕੱਲ੍ਹ ਮਤਲਬ ਲੋਕਾਂ ਨੂੰ ਇਹ ਹੁੰਦਾ ਵੀ ਜੇ ਸਾਡਾ ਜਵਾਕ ਵੀ ਜੇ ਖੇਡ ਰਿਹਾ ਅਤੇ ਇਹ ਪੜ੍ਹਾਈ ਤੋਂ ਟੁੱਟ ਰਿਹਾ ਮੈਨੂੰ ਲੁੱਟ ਰਿਹਾ, ਅਤੇ ਆਹ ਕੁਝ ਨਸ਼ੇ ਪੱਤੇ ਵੀ ਲਾ ਲਓ ਨਾ ਵੀ ਗੇਮ ਦੇ ਆਈ ਜਾ ਰਹੇ, ਵੀ ਹਾਂ ਗੱਲਾਂ ਹੁੰਦੀਆਂ ਵੀ ਮਤਲਬ ਪੇਰੈਂਟਸ ਨੂੰ ਐਂ ਲੱਗਦਾ ਵੀ ਜੇ ਬੱਚਾ ਸਪੋਰਟਸ ਕਰ ਰਿਹਾ ਤਾਂ ਕਿਤੇ ਨਸ਼ੇ ਵਧਣ ਉਹਨਾਂ ਪੈ ਜਾਵੇ, ਵੀ ਉਹ ਵੀ ਮਤਲਬ ਉਹਨਾਂ ਕਿਤੇ ਗੇਮ 'ਚ ਕਹਿ ਸਕਦੇ ਨਸ਼ਾ ਹੈ ਨਾ। ਹਾਂ, ਤੁਹਾਡੀ ਗੇਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਹੈ? ਹੈਗੇ ਨਹੀਂ ਜੀ, ਮਤਲਬ ਹਰੇਕ ਗੇਮ 'ਚ ਹੁੰਦਾ ਕੋਈ ਮਤਲਬ ਹਰੇਕ ਗੇਮ 'ਚ ਵੀ ਮੁੰਡੇ ਇੰਜੈਕਸ਼ਨ ਲਾ ਲੈਂਦੇ ਨੇ ਜਾਂ ਕੋਈ ਹੋਰ ਕੋਈ ਮੈਡੀਸਨ ਵਗੈਰਾ ਖਾ ਲੈਂਦੇ ਨੇ, ਮਤਲਬ ਇਹੋ ਜਿਹਾ ਬਹੁਤ ਕੁਝ ਚੱਲਦਾ ਜੀ। ਠੀਕ। ਅੱਛਾ ਭਾਈ, ਜਿਵੇਂ ਤੁਸੀਂ ਆਪਣੀ ਗੇਮ ਦੇ ਵਿੱਚ ਇੰਨੀ ਮਿਹਨਤ ਕਰ ਰਹੇ ਹੋ ਹੈ ਨਾ, ਅਤੇ ਤੁਸੀਂ ਆਪਣੇ ਆਪ ਨੂੰ ਇਸ ਗੇਮ ਦੇ ਵਿੱਚ ਕਿੱਥੇ ਤੱਕ ਦੇਖਣਾ ਚਾਹੁੰਦੇ ਹੋ, ਕਿੰਨਾ ਸਕਸੈਸਫੁਲ ਹੋਣਾ ਜੀ? ਸੁਪਨਾ ਤਾਂ ਜੀ ਵੈਸੇ ਆਪਣਾ ਬਹੁਤ ਬੜਾ ਵੀ ਮੈਂ ਓਲੰਪਿਕ ਖੇਡਾਂ ਆ। ਠੀਕ ਹੈ ਜੀ। ਅਤੇ ਹਾਂ, ਐਂ ਆ ਵੀ ਓਲੰਪਿਕ 'ਚ ਮੈਡਲ ਲੈ ਕੇ ਆਵਾਂਗੇ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ ਤੁਸੀਂ? ਠੀਕ ਹੈ ਭਾਈ, ਜਿਵੇਂ ਤੁਸੀਂ ਪਹਿਲਾਂ ਦੇ ਸਮੇਂ ਦੀ ਗੱਲ ਕੀਤੀ, ਆਪਾਂ ਜਿਸ ਸਮੇਂ ਦੀ ਗੱਲ ਕੀਤੀ, ਅਤੇ ਜਦੋਂ ਤੁਸੀਂ ਪਹਿਲਾਂ ਗਰਾਊਂਡ 'ਚ ਗਏ ਸੀ ਉਦੋਂ ਤੁਹਾਡੀ ਫੀਲਿੰਗ ਕੀ ਸੀ, ਜਾਂ ਹੁਣ ਤੁਸੀਂ ਗਰਾਊਂਡ 'ਚ ਗਏ ਤਾਂ ਕਿੰਨੀ ਕੁ ਇੰਪਰੂਵਮੈਂਟ ਹੋਈ? ਦੇਖੋ ਜੀ, ਪਹਿਲੇ ਦਿਨ ਗਿਆ ਸੀ ਕੋਲ ਮਤਲਬ ਗਰਾਊਂਡ 'ਚ, ਅਤੇ ਉਦੋਂ ਮੈਨੂੰ ਬੜਾ ਡਰ ਲੱਗਿਆ ਵੀ ਕੀ ਕਰਾਉਣਗੇ, ਪਤਾ ਨਹੀਂ ਕੀ ਕਰਨਗੇ ਮੇਰੇ ਤੋਂ, ਅਤੇ ਪਹਿਲੇ ਦਿਨ ਉਹਨਾਂ ਨੇ ਮੇਰੇ ਮਤਲਬ 10-12 ਗੇੜੇ ਲੜਨ, ਮੇਰੇ ਤਾਂ ਢਿੱਡ ਦੁਖਣ ਲੱਗ ਗਿਆ। ਠੀਕ ਹੈ। ਅਤੇ ਹੁਣ ਜਾਂ ਮੈਂ ਗਰਾਊਂਡ ਹੁਣ ਆਇਆ ਵੀ ਹੁਣ ਇੰਨਾ ਮਤਲਬ ਮਹਿਸੂਸ ਨਹੀਂ ਹੁੰਦਾ, ਹੁਣ ਮਤਲਬ ਮੈਂ
ਖੁਸ਼ੀ ਖੁਸ਼ੀ ਜਾਈਦਾ, ਪਹਿਲਾਂ ਐਂ ਹੁੰਦਾ ਜੀ ਸਿਰ 'ਤੇ ਡਾਂਗ ਹੁੰਦੀ ਸੀ ਵੀ ਜਾਣਾ ਘਰਦਿਆਂ ਨੇ ਭੇਜਿਆ ਅਤੇ ਬਸ ਹੁਣ ਆਹੀ ਫਰਕ ਹੈ, ਹੁਣ ਚਾਰ ਨਾਲ ਜਾਈਦਾ ਪਹਿਲਾਂ ਜਾਈਦਾ ਜੀ। ਅਤੇ ਜਿਵੇਂ ਆਪਾਂ ਕਾਲਜ ਵਿੱਚ ਦੇਖਦੇ ਹਾਂ, ਅਕਸਰ ਦੇਖਦੇ ਹਾਂ ਇੱਕ ਪਾਸੇ ਤਾਂ ਸਟੂਡੈਂਟ ਹੁੰਦਾ ਗੇਮ ਦੇ ਗੇਮਾਂ ਵਗੈਰਾ ਖੇਡਣ ਲੱਗ ਜਾਂਦਾ ਫੋਨ ਦੇ ਉੱਤੇ, ਇੱਕ ਪਾਸੇ ਖਿਡਾਰੀਆਂ ਦੀ ਮਿਹਨਤ ਵੀ ਹੋ ਰਹੀ ਹੁੰਦੀ ਹੈ, ਤੁਸੀਂ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੇ ਤਾਂ ਫੋਨ ਚਲਾਉਂਦੇ ਨੇ ਤਾਂ ਜੀ ਸਮੇਂ ਦੀ ਬਰਬਾਦੀ ਆ, ਤਾਂ ਜਿੰਨਾ ਚਲਾ ਲਓ ਮਤਲਬ ਟਾਈਮ ਉਨਾ ਖਰਾਬ ਹੀ ਹੁੰਦਾ, ਬੰਦਾ ਖੇਡਦਾ ਫਿੱਟ ਰਹਿੰਦਾ ਵਾ, ਬਿਮਾਰੀਆਂ ਤੋਂ ਦੂਰ ਰਹਿੰਦਾ ਵਾ। ਵੀ ਗੇਮ ਦੇ ਫਾਇਦੇ ਨੇ, ਵੀ ਫੋਨ ਫੂਨ 'ਚ ਤਾਂ ਬਿਮਾਰੀਆਂ ਲੱਗ ਗਈਆਂ ਤੁਹਾਨੂੰ ਪਤਾ ਹੀ ਹੈ, ਮਤਲਬ ਕਈ ਸਿਰਹਾਣੇ ਥੱਲੇ ਫੋਨ ਰੱਖ ਲੈਂਦੇ, ਕੈਂਸਰ ਵੱਧ ਰਿਹਾ। ਵੀ ਫੋਨ ਹੋਰ ਵੀ ਗੇਮਾਂ ਗੂਮਾਂ ਖੇਡੀ ਜਾਂਦੀਆਂ, ਇਹਨਾਂ ਦਾ ਕੋਈ ਫਾਇਦਾ ਤਾਂ ਹੈ ਨਹੀਂ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਮਤਲਬ ਵੀ ਸਪੋਰਟਸ ਕਰਨ, ਵੱਧ ਤੋਂ ਵੱਧ ਵੀ ਪੰਜਾਬ ਨੂੰ ਸਪੋਰਟਸਮੈਨਾਂ ਦੀ ਬਹੁਤ ਜ਼ਿਆਦਾ ਲੋੜ ਹੈ। ਜਗਦੀਪ ਜੀ, ਜੇ ਆਪਾਂ ਗੱਲ ਕਰੀਏ ਅੱਜ ਨੌਜਵਾਨ ਪੀੜ੍ਹੀ ਬਾਰੇ, ਆਪਾਂ ਪਿੱਛੇ ਵੀ ਗੱਲ ਕੀਤੀ ਹੈ, ਤਾਂ ਤੁਸੀਂ ਅੱਜ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਤਾਂ ਇਹੀ ਕਹੂੰਗਾ ਜੀ ਮਤਲਬ ਵੱਧ ਤੋਂ ਵੱਧ ਸਪੋਰਟਸ ਕਰਨ, ਸਪੋਰਟਸ ਦੇ ਆਪਾਂ ਨੂੰ ਬਹੁਤ ਫਾਇਦੇ ਨੇ। ਇੱਕ ਤਾਂ ਬੰਦਾ ਸਰੀਰ ਫਿੱਟ ਰਹਿੰਦਾ, ਅਤੇ ਦੂਜੇ ਨੰਬਰ 'ਤੇ ਬੰਦਾ ਮੈਂਟਲੀ ਤੌਰ 'ਤੇ ਵੀ ਸਟਰੋਂਗ ਹੁੰਦਾ ਵਾ। ਵੀ ਮਤਲਬ ਕੋਈ ਵੀ ਮਤਲਬ ਜਿਵੇਂ ਹੁਣ ਕੋਈ ਜਵਾਕ ਖਾਰਦਾ, ਕੋਈ ਬੱਚਾ ਮਤਲਬ ਪੜ੍ਹਾਈ 'ਚ ਫੇਲ ਹੋ ਜਾਂਦਾ, ਉਹ ਨਸ਼ੇ ਪੱਤੇ ਕਰਨ ਲੱਗ ਜਾਂਦਾ, ਕੋਈ ਸੁਸਾਈਡ ਕਰ ਦਿੰਦਾ। ਹੁਣ ਜਿਹੜਾ ਹੁਣ ਸਪੋਰਟਸਮੈਨ ਆ, ਵੀ ਉਹ ਤਾਂ ਇੱਕ ਸਿੱਖ ਲੈਣੇ ਚਾਹੀਦੇ ਵੀ ਜੇ ਉਹ ਕਦੇ ਹਾਰਦਾ ਜ਼ਿੰਦਗੀ 'ਚ ਕੋਈ ਫਾਈਟ ਜਾਂ ਕੋਈ ਕੰਪੀਟੀਸ਼ਨ 'ਤੇ ਹਾਰਦਾ, ਤਾਂ ਅੱਗੇ ਤਿਆਰੀ ਹੋਰ ਜ਼ਿਆਦਾ ਕਰਦਾ, ਹੋਰ ਮਿਹਨਤ ਕਰਦਾ ਵੀ ਮੈਂ ਅੱਗੇ ਅਗਲੇ ਮਤਲਬ ਵੀ ਜਿਹੜਾ ਕੰਪੀਟੀਸ਼ਨ ਉਹ 'ਚ ਮੈਂ ਗੋਲਡ ਮੈਡਲ ਲੈ ਕੇ ਆਉਣਾ। ਅਤੇ ਬਾਕੀ ਇਹੀ ਆ ਜੀ ਵੀ ਮਤਲਬ ਸਪੋਰਟਸ ਮਤਲਬ ਇੱਕ ਮਤਲਬ 'ਚ ਮਤਲਬ ਵੀ ਡਿਸਿਪਲਨ ਵੀ ਹੁੰਦਾ ਸਪੋਰਟਸਮੈਨ ਬੰਦੇ 'ਚ, ਵੀ ਉਹਦੀ ਇੱਕ ਅਲੱਗ ਪਹਿਚਾਣ ਹੁੰਦੀ ਆ। ਵੀ ਉਹ ਜਿਵੇਂ ਹੁਣ ਮੈਂ ਬੈਠਾ ਤੁਸੀਂ ਬੈਠੋ, ਅਤੇ ਇੱਕ ਜਿਵੇਂ ਸਪੋਰਟਸਮੈਨ ਹੁੰਦਾ ਕਿ ਉਹ ਦੂਸਰੇ ਬੰਦੇ ਨੂੰ ਇੱਕ ਰਿਸਪੈਕਟ ਦਿੰਦਾ, ਕਿਉਂਕਿ ਇਹ ਚੀਜ਼ਾਂ ਉਹਨੂੰ ਇੱਕ ਉਹਦੇ ਗਰਾਊਂਡ ਉਹਦੇ ਕੋਚ ਸਾਹਿਬ ਤੋਂ ਮਿਲੀ ਹੁੰਦੀ ਹੈ, ਵੀ ਆਪਣੇ ਤਾਂ ਬੜੇ ਰਿਸਪੈਕਟ ਕਰਨੀ ਹੈ, ਵੀ ਛੋਟੇ ਨਾਲ ਪਿਆਰ ਨਾਲ ਪੇਸ਼ ਹੋਣਾ, ਅਤੇ ਡਿਸਿਪਲਨ ਵੀ ਆਹ ਟਾਈਮ 'ਤੇ ਆਹ ਕੰਮ ਕਰਨਾ ਅਤੇ ਕਰਨਾ ਹੀ ਕਰਨਾ। ਹੁਣ ਜਿਵੇਂ ਸਪੋਰਟਸਮੈਨ ਨੂੰ ਸਾਨੂੰ ਕਹਿੰਦੇ ਨੇ ਵੀ 5 ਵਜੇ ਆਉਣਾ, ਅਸੀਂ 5 ਵਜੇ ਤੋਂ ਪਹਿਲਾਂ ਆਉਂਦੇ, ਅਤੇ ਇੱਕ ਮਤਲਬ ਡਿਸਿਪਲਨ ਰਹਿੰਦਾ ਬਈ ਸਪੋਰਟਸ ਬੰਦੇ ਦਾ। ਚਲੋ ਬਾਈ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਇਹ ਸੀ ਗੁਰਦੀਪ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਮੈਨੂੰ ਦੇਵ ਆ ਗਿਆ, ਧੰਨਵਾਦ।